भगवंत मान अपनी फेरी से निकले ते लोगों नाल अपील कर रहे हैं। मोगे विच पहुंच चुके हैं। इस वक्त तुसी वेख सकते हो भगवंत मान संबोधन कर रहे हैं ते नाल उन्हां दी आम आदमी पार्टी की कैंडीडेट डॉक्टर अमन अरोड़ा इत्थे मौजूद है। गलबात करांगे मैम, मैम इत्थे भगवंत मान पहुंचे है, किन्ना कु ज्यादा जोश तुहाडे च ते बाकी वर्करां च वध गया? जी सर, तुसी खुद देख सकते हो कि साडे आउण वाले पंजाब दे मुख्यमंत्री नूं सरदार भगवंत सिंह जी मान नूं किन्ना प्यार मिल रहा है लोकां दा। सानूं ते तुसी खुद ही देख सकते हो कि साडे मोगे दा होण वाला रिजल्ट की होएगा। इस तों अलावा किस तरीके दा तुहानूं वैसे वर्किंग वर्कर्स च जोश नजर आ रहे? सर बहुत जोश भरिया होया साडे वर्कर्स नूं। तुसी मैं ऋणी आ अपने मोगा वासियां दी। ਤੁਸੀਂ ਵੇਖਿਆ ਕਿਸ ਤਰੀਕੇ ਨਾਲ ਡਾਕਟਰ ਅਮਨ ਅਰੋੜਾ ਇੱਥੇ ਇੱਕ ਛੋਟਾ ਜਿਹਾ ਰੋਡ ਸ਼ੋਅ ਜਿਹੜਾ ਕੀ ਕਰ ਰਹੇ ਨੇ। ਭਗਵੰਤ ਮਾਨ ਮੋਗਾ ਪਹੁੰਚੇ, ਮੋਗਾ ਵੱਲੋਂ ਮੋਗਾ ਦੇ ਵਿੱਚ ਜਿਹੜਾ ਕੀ ਹੈ ਕਿ ਛੋਟਾ ਜਿਹਾ ਰੋਡ ਸ਼ੋਅ ਵੀ ਕੀਤਾ ਗਿਆ ਤੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਨਾਰਾ ਲਾਇਆ। ਮੈਮ ਕਿਹੋ ਜਿਹਾ ਮਾਹੌਲ ਸੀਗਾ ਇਹ ਰੋਡ ਸ਼ੋਅ ਦੇ ਵਿੱਚ ਤੇ ਕਿੰਨਾ ਕੁ ਜੋਸ਼ ਤੁਹਾਨੂੰ ਨਜ਼ਰ ਆਇਆ? ਲੋਕਾਂ ਦੇ ਵਿੱਚ ਇੰਨਾ ਜੋਸ਼ ਸੀਗਾ, ਯੂਥ ਦੇ ਵਿੱਚ ਇੰਨਾ ਜੋਸ਼ ਹੈ ਉਹਨਾਂ ਨੂੰ ਮੁੱਖ ਮੰਤਰੀ ਦੇਖਣ ਦੇ ਲਈ ਕਿ ਸਾਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਗਿਆ ਸੀਗਾ ਤੇ ਇਸ ਪਿਆਰ ਦੇ ਲਈ ਅਸੀਂ ਹਮੇਸ਼ਾ ਰਿਣੀ ਰਵਾਂਗੇ। ਆਮ ਆਦਮੀ ਪਾਰਟੀ ਇੰਨਾ ਪਿਆਰ ਬਖਸ਼ਣ ਲਈ ਮੋਗਾ ਨਿਵਾਸੀਆਂ ਦਾ ਹਮੇਸ਼ਾ ਰਿਣੀ ਰਹੀ। ਇਹ ਮੋਗੇ ਦੀ ਜਿਹੜੀ ਸੜਕਾਂ ਪੂਰੀ ਬਲੌਕ ਹੋਈਆਂ, ਜਿਹੜੇ ਕੱਟ ਕਾਫੀ ਨਜ਼ਰ ਆਇਆ, ਲੱਗਦਾ ਤੁਹਾਨੂੰ ਵੋਟਸ ਦੇ ਵਿੱਚ ਵੀ ਤਬਦੀਲ ਹੋਏਗਾ? ਅਫਕੋਰਸ ਸਰ, ਸਾਨੂੰ ਇੰਨਾ ਜ਼ਿਆਦਾ ਰਸ਼ ਹੋ ਗਿਆ ਸੀਗਾ ਕਿ ਆਪਣਾ ਰੂਟ ਪਲਾਨ ਚੇਂਜ ਕਰਨਾ ਪਿਆ। ਸੋ ਲੋਕਾਂ ਨੂੰ ਦਿੱਕਤਾਂ ਨਾ ਆਣ, ਟ੍ਰੈਫਿਕ 'ਚ ਕੋਈ ਪ੍ਰੋਬਲਮ ਨਾ ਆਵੇ, ਇਸ ਕਰਕੇ ਸਾਨੂੰ ਆਪਣਾ ਪੂਰਾ ਰੂਟ ਪਲਾਨ ਚੇਂਜ ਕਰਨਾ ਪਿਆ। ਮਾਨ ਸਾਹਿਬ ਖੁਸ਼ ਸੀਗੇ? ਬਹੁਤ ਖੁਸ਼ ਸੀ ਜੀ। ਧੰਨਵਾਦ ਜੀ। ਤੇ ਜਿਸ ਤਰੀਕੇ ਦਾ ਇਕੱਠ ਇੱਥੇ ਵੇਖਣ ਨੂੰ ਮਿਲਿਆ ਕਿ ਮਾਨ ਸਾਹਿਬ ਦੇ ਲਈ ਭਗਵੰਤ ਮਾਨ ਕਿਉਂਕਿ ਇੱਥੇ ਪਹੁੰਚ ਰਹੇ ਸੀਗੇ ਤੇ ਆਪਣੇ ਸੀਐਮ ਚਿਹਰੇ ਨੂੰ, ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਦੀ ਵੇਟ ਲੋਕੀ ਬੇਸਬਰੀ ਸੇ ਨਾਲ ਕਰ ਰਹੇ ਸੀਗੇ ਤੇ ਕਾਫੀ ਭੀੜ ਵੀ ਇਕੱਠੀ ਹੋਈ। ਹਾਲਾਂਕਿ ਇਹ ਭੀੜ ਜਿਹੜੀ ਕੀ ਹੈ ਇਹ ਵੋਟਾਂ ਦੇ ਵਿੱਚ ਤਬਦੀਲ ਹੁੰਦੀ ਹੈ ਕਿ ਨਹੀਂ ਹੁੰਦੀ, ਇਹ 10 ਮਾਰਚ ਤੋਂ ਬਾਅਦ ਹੀ ਪਤਾ ਚੱਲੂਗਾ। ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ, ਮੋਗਾ।